ਇਹਦੇ ਰੋਡ ਦੀ ਪੋਜੀਸ਼ਨ ਹੀ ਵੇ ਟਰੱਕ ਫਸਾ ਗੜੇ ਤੇ ਤਲੇ ਤੇ ਦੇਖੋ ਟ੍ਰੈਫਿਕ ਕੱਟੀ ਥਈ ਮੁਕੰਮਲ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਹੈ? ਠੀਕ ਹੀ ਵੇ, ਤਬੀਅਤ ਸੇ ਠੀਕ ਹੈ? ਮੈਂ ਅਮਲ ਕਰਨ ਸਰ ਤੁਸਰੇ ਦੇ ਪੇ ਯੂਟਿਊਬ ਚੈਨਲ ਜਾਂ ਫੇਸਬੁੱਕ ਪੇਜ ਥਲ ਦਾ ਸ਼ਹਜ਼ਾਦਾ। ਉਮੀਦ ਕਰਨਾ ਸਾਰੇ ਬਰਾ ਖੈਰ ਖਰੀਅਤ ਨਾਲ ਹੋਸਨ। ਅੱਜ ਦਾ ਪਿਆਰਾ ਜਿਹਾ ਵਲੋਗ ਕਰਨੇ ਸ਼ੁਰੂ। ਵਲੋਗ ਸ਼ੁਰੂ ਕਰਨ ਤੋਂ ਪਹਿਲੇ ਤਮਾਮ ਮੁਸਲਮਾਨਾਂ ਕੋ ਮੇਰੀ ਤਰਫੋਂ ਰਮਜ਼ਾਨ ਮੁਬਾਰਕ, ਕਿਉਂਕਿ ਸਵੇਰੇ ਅੱਜ ਤਾਂ ਇਸਲਾਮੀ ਰੋਜ਼ ਆਈ, ਕਿਉਂਕਿ ਸਵੇਰੇ ਮਾਂ ਰਮਜ਼ਾਨ ਦਾ ਪਹਿਲਾ ਰੋਜ਼ ਹੈ। ਅੱਲਾਹ ਪਾਕ ਸਾਰੇ ਮੁਸਲਮਾਨ ਭੈਣੀ ਭਰਾਵਾਂ ਕੋ ਰੋਜ਼ੇ ਰੱਖਣ ਦੀ ਤੋਫੀਕ ਕਰੇ, ਖਾਸ ਕਰ ਮੈਂ ਕੋ। ਤਾਂ ਦੁਆ ਹੈ ਕਿ ਅੱਲਾਹ ਪਾਕ ਹਰ ਮੁਸਲਮਾਨ ਕੋ ਜਿਹੜਾ ਮਹੀਨਾ ਹੈ ਪੂਰਾ ਖੈਰ ਵੋ ਅਫੀਅਤ ਨਾਲ ਰੱਖੇ, ਬਾਕੀ ਰੋਜ਼ੇ ਰੱਖਣ ਦਾ ਤੋਫੀਕ ਦੇਵੇ। ਤਾਂ ਵਲੋਗ ਸ਼ੁਰੂ ਕਰਦੇ ਹਾਂ। ਸੂਰੇ ਮੱਖੀ ਚਾਇਆ ਦਮ ਚੈਕਿੰਗ ਦੇ ਉੱਤੇ, ਅਤੇ ਮੈਂ ਕਿਹਾ ਸਵੇਰੇ ਨਾਲ ਵਲੋਗ ਇੱਥੋਂ ਸ਼ੁਰੂ ਕਰਕੇ ਵਾਂ। ਤਾਂ ਵਲੋਗ ਬਹੁਤ ਮਜ਼ੇਦਾਰ ਬਣ ਸੀ, ਇਨਸ਼ਾਅੱਲਾ। ਵੀਡੀਓ ਐਂਡ ਤੱਕ ਡਿਠੀ ਕਰੋ ਯਾਰ। ਛੋਟੀ ਜਿਹੀ ਰਿਕੁਐਸਟ ਹੈ ਕਿ ਨਾ ਵੀਡੀਓ ਸ਼ੇਅਰ ਲਾਜ਼ਮੀ ਕੀਤੀ ਕਰੋ ਯਾਰ ਦੋਸਤਾਂ ਨਾਲ। ਇਤਨੀ ਮਿਹਨਤ ਕਰਕੇ ਵੀਡੀਓ ਬਣੇ ਨੇ, ਅਤੇ ਅੱਗੋਂ ਵੀਡੀਓ ਦਾ ਰਿਸਪੋਂਸ ਵੀ ਨਾ ਆਏ ਤਾਂ ਚੰਗੀ ਗੱਲ ਨਹੀਂ ਯਾਰ। ਅਤੇ ਅੱਜ ਰਾਤੀ ਨਹਿਰ ਦੀ ਵਾਰੀ ਵੀ ਹੈ, ਅੱਲਾ ਪਾਕ ਖੈਰ ਕਰੇ ਤਾਂ ਇਨਸ਼ਾਅੱਲਾ। ਵੀਡੀਓ ਐਂਡ ਤੱਕ ਦਿਖਾਇਆ, ਬੜਾ ਮਜ਼ੇਦਾਰ ਵਲੋਗ ਬਣ ਸੀ। ਤਾਂ ਦੁਆ ਹੈ ਕਿ ਅੱਲਾ ਪਾਕ ਥਾਕੂ ਮੈਕੂ ਸਾਰੇ ਮੁਸਲਮਾਨਾਂ ਕੋ ਰੋਜ਼ੇ ਰੱਖਣ ਦੀ ਤੋਫੀਕ ਅਨਾਇਤ ਫਰਮਾਏ। ਵੀਡੀਓ ਐਂਡ ਤੱਕ ਦਿਖਾਇਆ। ਚਲੋ ਠੀਕ ਰਕਸ਼ਾ ਦਾ ਵੀ ਮਾਰਕਾ ਪਹੁੰਚਾ ਹੁਣ ਆਇਆ ਸੇ, ਅਤੇ ਪਹੁੰਚ ਆਈ ਪੈਂਦੇ ਹਾਂ। ਇਹ ਦੇਖ ਸਕਦੇ ਹੋ ਰੇੜਾ ਭਰੀ ਪੈਂਦੇ ਪਹੁੰਚ ਦਾ ਫੁੱਲ ਉੱਕਾ। ਮੈਂ ਤਾਂ ਥੰਮੀ ਤੋਂ ਚਾ ਕੇ ਸ਼ਾਮ ਦਾ ਕੰਮ ਇਤਨੇ ਆਉਂਦੇ ਨਾ, ਉੱਕਾ ਜਾਣ ਨਹੀਂ ਛੋੜਦਾ। ਬਾਅਦ ਦੀ ਕਸਮ ਮੈਂ ਮੋਹੇ ਪਏ ਉਹ ਕਾਲਜ ਜੀ ਕੇ ਅੱਲਾ ਦੀ ਕਸਮ ਹੈ। ਉਹ ਜਿਹੜੇ ਕਾਲਜ ਵੈਂਦੇ ਨਾ ਮੇਰਾ, ਪਰ ਕਾਲਜ ਗਏ ਕਰੋ, ਘਰ ਨਾ ਖੜੇ ਕਰੋ। ਸਾਰੇ ਫੁੱਲ ਚਣੇ ਹੀ ਦੇਖ ਪੀਂਦਿਆਂ ਦੇ ਵਿੱਚ ਹਵਾ ਜਾਣਾ ਤਾਂ ਲੱਗੀ ਹੋਈ ਹੈ ਫਿਲਹਾਲ। ਇੱਡੂ ਚਣੇ ਕੱਪੇ ਪੈਣ ਮੁਕਾਬਲਾ ਹੈ ਗੱਡੀ ਦਾ, ਮੁਕਾਬਲਾ ਹੈ ਗੱਡੀ ਨਾਲ। ਚੱਲ ਕੱਢ ਗਿਆ, ਹਾਂ ਕੱਢ ਗਿਆ, ਛਿਗਣਾ ਛਿਗਣਾ ਮਾਰਕਾ। ਸਾਰੇ ਪਾਸੇ ਕੁਝ ਚਣੇ ਕੱਪੇ ਗਏ, ਕੁਝ ਕੱਪੀਂਦੇ ਵਧਣ, ਅਤੇ ਕੁਝ ਦੁਹਾਈਆਂ ਸ਼ੁਰੂ ਥਈਆਂ ਹੁੰਦੀਆਂ। ਤਾਂ ਸੜਕ ਦੀ ਸਾਈਡ 'ਤੇ ਬੰਦੇ ਕੱਪੇਂਦੇ ਬੈਠੇ, ਸੜਕ ਦੀ ਸਾਈਡ 'ਤੇ ਬੰਦੇ ਡੁਹੇਂਦੇ ਖਣੇ। ਮਾਰਕਾ ਇਸ ਸਾਈਡ 'ਤੇ ਦੇਖੋ ਬੰਦੇ ਡੁਹੇਂਦੇ ਵਧਣ। ਇਹ ਉਹ ਕੱਲ੍ਹ ਵਾਲੀ ਵੀਡੀਓ ਜਿੱਥੋਂ ਤੱਕ ਦਿਖਾਇਆ ਸੀ ਮੈਂ, ਬਈ ਇਹ ਡੋਹੀ ਥੀ ਹੋਣੀ ਹੈ, ਇਹ ਕੱਲ੍ਹ ਨਹੀਂ ਥਈ ਬਾਤ, ਅੱਜ ਕਰਨਾ ਆਇਆ ਖਣੇ। ਅੱਜ ਉਮੀਦ ਹੈ ਸ਼ਾਮੀ ਤੱਕ ਨਿਕਲ ਹੋਏ ਸਨ ਇਹ ਆਪਣੇ ਚਣੇ। ਅੱਛਾ ਮਾਰਕਾ ਸਾਰੇ ਪਾਸੇ ਉਹ ਬੰਦੇ ਹੀ ਵਧਦੇ ਜਿੰਨਾ ਕਿ ਨਾ ਡਾਤਰੀ ਚਾਹ ਕੇ ਨਾ ਹੀ ਡਿੱਠੀ, ਅਤੇ ਅੱਜ ਚਣੇ ਕੱਪੇਂਦੇ ਵਧਣ। ਫੱਕ ਮੇਰੀ ਕਹਿੰਦਾ ਮੈਨੇ ਨਾ ਡੂ ਮਤਲਬ ਇਹ ਫੁਫੇਰ ਇਨ ਉਹ ਰਾਜਨ ਬਾਹਰ ਵਾਲੀ ਸਾਈਡ ਦੇ ਪਿੰਡੀ ਵਾਲੀ ਸਾਈਡ ਦੇ ਡਿਪਟੀ ਅੱਗ ਰਹਿੰਦੇ, ਅਤੇ ਇੱਥਾਂ ਆਇਆ ਵਧਣ ਚਣਾਂ ਦੇ ਵੀ ਤਗੜੀ ਖਾਵਾਂ ਉਹਨਾਂ ਦਾ ਸ਼ੂ ਵਾਲੀ ਚਣੇ ਉਹ ਕੱਪੇਂਦੇ ਬੈਠਣ। ਇਹਨਾਂ ਦਰਖਤਾਂ ਦੇ ਸਾਹਮਣੇ ਪਰਲੀ ਸਾਈਡ 'ਤੇ ਵਧਣ, ਇਹ ਦਿਖਾਇਆ ਉਹਨੇ ਇਹ ਧੰਮੀ ਧਿਆਨ, ਅਤੇ ਇਹ ਬੈਠਣ ਡੇ ਕਿਨੋਂ ਇਹ ਦੇਖ ਇਹਨਾਂ ਦੀ ਮਹਿਫਲ ਲੱਗੀ ਬੈਠੀ ਅਤੇ ਬੈਠਣ ਆਰਾਮ ਨਾਲ ਵੀ ਆਈ ਕੁਝ ਬੰਦਾ ਬੜਾ ਬੈਠਾ। ਮਾਰਕਾ ਥਾਕੂ ਖੈਰ ਹੀ ਕਹਾਂ, ਮੇਰਾ ਤਾਂ ਰੂਹ ਥਾਂ ਬੈਠੇ ਪਏ, ਇਹਦਾ ਨਾ ਛਤੀਰ ਬਣਾਵਾਂ ਤੂੰ ਮਾਲ ਦਾ ਛਪਰਾ ਪਾਵਾਂ। ਇਹ ਸਾਰੇ ਥਲ ਦੀ ਮੂਲੀ ਹੈ, ਦੇਖ ਦਿਨੋਂ ਤਕਰੀਬਨ ਗਾਟੀ ਹੈ ਨਾ ਤਾਂ 3 ਫੁੱਟ ਦੀ ਹੈ। ਮਾਰਕਾ ਸ਼ਤੂਰ ਤਵੇਂ ਕਿਦਨ ਖਾ, ਮੇਰਾ ਰੂਹ ਬਣ ਗਈ ਅਮਰੂਦਾਂ 'ਤੇ, ਅਮਰੂਦ ਹੀ ਕਹਿ ਖਾਣ ਦਾ ਆ ਵਜੋਂ ਖਵੇ ਸਾਂ ਥਾਕੂ ਯੱਕਾਂ ਹੋ। ਜਿਹੜਾ ਕੋਈ ਪੱਕਾ ਖੜਾ ਪਟਿਆ ਸਾਂ ਮੈਂ, ਉਹ ਲੱਗਦਾ ਇਹੋ ਪੱਕਾ ਖੜੇ ਨਿਕਲ ਆ ਓਏ, ਵਾਕਿਆ ਪੱਕਾ ਖੜਾ। ਅੱਛਾ ਦੋਸਤੋ, ਉਹ ਵੀ ਟਾਈਮ ਆ ਗਈ ਹੈ, ਇੱਕ ਮੁੰਡੇ 'ਤੇ ਰੁਮਾਲ, ਇੱਕ ਪਾਣੀ ਵਾਲੀ ਬੋਤਲ, ਅਤੇ ਇੱਕ ਹੱਥੇ ਸੋਟੀ, ਅਤੇ ਆਈ ਹੁਣ ਮਾਲ ਦਾ ਸਾਡੇ ਥਾਲਾ ਦੇ ਵਿੱਚ ਤਬਾਹੀ ਮੱਚ ਗਈ ਛੋਰਾਂ ਦੀ। ਹੁਣ ਚੂਹਰ ਜਿਹੜੇ ਸਕੂਲ ਵੱਲ ਸਨ ਉਹਨਾਂ ਦਾ ਸ਼ਾਮੀ ਕੰਮ ਹੀ ਉਹ ਸੀ ਮਾਲ ਛੋੜ ਕੇ ਵੰਜਣਾ। ਤਾਂ ਹੁਣ ਮੇਰੀ ਡੋਈ ਥੀਂਦੀ ਵਧੀਆ, ਮੈਂ ਕਿ ਸਵੇਰੇ ਨਾਲ ਮਾਲ ਫਿਰਾਂ ਅੱਜ ਘਰ ਖੜਾ, ਮੈਂ ਕਿ ਕਿਉਂ ਨਹੀਂ ਸਵਾਬ ਦਾ ਕੰਮ ਕਰ ਗਿਆ। ਇਹ ਨਹੀਂ ਸਿਰ ਦੀ ਰਲੀ ਵਧੀ ਹੋ ਸੀ, ਜਿਵੇਂ ਡੀਂ ਬਦੂ ਅਤੇ ਬੰਦਾ ਤੱਤਾ ਪਾਣੀ ਨਾ ਸੱਟੇ ਅਤੇ ਮੱਛਰਾ ਵਧਾ ਹੋਵੇ, ਇਸੀ ਤਰ੍ਹਾਂ ਸਾਡੇ ਥਾਲਾ ਲਈ ਮੱਛਰੇ ਵਧੇ ਹੋਣੇ। ਕਿਉਂਕਿ ਤਕਰੀਬਨ ਕਣਕ ਹੀ ਅਰੂਜ 'ਤੇ ਸਾਡੇ ਕੋਲੋਂ, ਅਤੇ ਚਣੇ ਵੀ ਅਰੂਜ 'ਤੇ, ਚਣੇ ਤਾਂ ਤਕਰੀਬਨ ਕੱਪੇ ਗਏ ਸਾਡੇ ਕੋਲੋਂ, ਅਤੇ ਕਣਕਾਂ ਸਾਰੇ ਕੋਲ ਹਾਲੇ ਦੇਖ ਸਕਦੇ ਸਾਰੀਆਂ ਖੜੀਆਂ।
تو میں فی الحال پانی لائی لوسن کو لوسن مردا پی آئی تو میں کہ کیوں نہیں آئی پانی لاوا چا تو سارے تھالاں دی ایک خصیت ہے کہ جیلے اکا سر تے کام آ چڑھ سی نا تو یکے کام کرن لگ پے سن پہلے نہ خیال خبر نہ ہو سی یار میرے کام اتنے پین میں کر گئے نہ جیلے آخر ٹائم آ سی تو یکے کام کو ٹرٹ پو سن پانی لاونے تو آخر تلاونے ہائے 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 یار میں کنک نو پانی لاؤن آئی وہ میں سورج مکھی نو پانی لاؤن آئی تو انہوں کا میٹر شارٹ ہو سی پہلے بھی کوئی گال کرن دی لوڑ ہی نہ